ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਆਇਆ। ਹੁਬ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਦੋਸਤੋ ਸਾਡਾ ਜਿਹਦਾ ਪਹਿਲਾ ਟਿਪਸ ਹੈ ਇਹ ਜੋ ਸਾਬਣ ਹੁੰਦਾ ਹੈ ਨਾ ਨਹਾਉਣ ਵਾਲਾ 10 ਰੁਪਏ ਵਾਲਾ ਸਾਬਣ ਹੈ ਗੋਦਰੇਜ ਨੰਬਰ 1 ਕੋਈ ਵੀ ਸਾਬਣ ਲੈ ਸਕਦੇ ਹੋ ਤੁਸੀਂ ਇੱਥੇ ਅੱਜ ਅਸੀਂ ਇਸ ਦਾ ਬਹੁਤ ਵਧੀਆ ਯੂਜ਼ ਦੱਸਾਂਗੇ। ਤੁਹਾਨੂੰ ਇਹ ਵਾਲੀ ਪੇਟੀ ਹੈ ਸਾਡਾ ਮਤਲਬ ਪੇਟੀ ਹੋਈ, ਟ੍ਰਾਂਕ ਹੋਈ, ਅਲਮਾਰੀ ਹੋਈ ਜਿੱਥੇ ਅਸੀਂ ਕੱਪੜੇ ਰੱਖਦੇ ਹਾਂ ਆਪਣੇ ਸਟੋਰ ਕਰਕੇ। ਉਹ ਵਲੀਆਂ ਜਿਹੜੀਆਂ ਜਗਾਵਾਂ ਹੁੰਦੀਆਂ ਤੇ ਉਹਨਾਂ ਵਿੱਚ ਨਾ ਫਿਰ ਅਜੀਬ ਜਿਹੀ ਸਮੈਲ ਜੀਆਂ ਆਣ ਲੱਗਦੀ ਤੇ ਅਸੀਂ ਫਰਨੇਲ ਦੀਆਂ ਗੋਲੀਆਂ ਪਾਉਂਦੇ ਆ ਕਿ ਸਾਡੇ ਕੱਪੜੇ ਖਰਾਬ ਨਾ ਹੋਣ ਤੇ ਮਤਲਬ ਖੁਸ਼ਬੂ ਵੀ ਵਧੀਆ ਆਵੇ ਤਾਂ ਇਸ ਕਰਕੇ ਸਾਬਣ ਦੇ ਪਹਿਲਾਂ ਤੁਸੀਂ ਛੋਟੇ ਛੋਟੇ ਟੁਕੜੇ ਕਰ ਲਓ ਉਹਨਾਂ ਨੂੰ ਮਤਲਬ ਦਰਦਰਾਜਾ ਕਰ ਲਓ ਮੋٹے ਟੁਕੜੇ ਵੀ ਹੋਣ ਅਬਰੀਕ ਵੀ ਹੋਣ ਕੋਈ ਵੀ ਹੋਵੇ ਇਸ ਤਰ੍ਹਾਂ ਦੇ ਲੈ ਕੇ ਉਹਨਾਂ ਨੂੰ ਅਸੀਂ ਪੇਟੀ ਦੇ ਸਾਰੇ ਖੁੰਜਿਆਂ ਵਿੱਚ ਸੁੱਟਾਂਗੇ ਤੇ ਵਿਚਕਾਰ ਵੀ ਸੁੱਟ ਦਾਂਗੇ ਮਤਲਬ ਇਹਦੇ ਉੱਪਰ ਫਿਰ ਅਸੀਂ ਕੋਟਨ ਦੀ ਚਾਦਰ ਵਜਾ ਵਗੈਰਾ ਵਿਛਾ ਕੇ ਫਿਰ ਅਸੀਂ ਇਸ ਤੇ ਆਪਣੇ ਕੱਪੜੇ ਰੱਖਾਂਗੇ ਤਾ ਦੇਖੋ ਇਸ ਤਰ੍ਹਾਂ ਸਾਰੇ ਮੈਂ ਆਪਣੀ ਪੇਟੀ ਵਿੱਚ ਸਾਬਣ ਦੇ ਟੁਕੜੇ ਸੁੱਟ ਲਏ ਨੇ ਤੇ ਇਸ ਨਾਲ ਹੋਵੇਗਾ ਕਿ ਇਸ ਨਾਲ ਇਹ ਹੋਵੇਗਾ ਕਿ ਜਿਹੜੇ ਅਸੀਂ ਕੱਪੜੇ ਰਜਾਈਆਂ ਵਿੱਚ ਸਟੋਰ ਕਰਕੇ ਆਪਣੇ ਰੱਖਦੇ ਆ ਨਾ ਕਿਉਂਕਿ ਉਹ ਸੀਜ਼ਨਲ ਕੱਪੜੇ ਹੁੰਦੇ ਸਾਡੇ ਸਰਦੀਆਂ ਵਾਲੇ ਤਾਂ ਫਿਰ ਅਸੀਂ ਉਹਨਾਂ ਦਾ ਮਤਲਬ ਇਸ ਤਰ੍ਹਾਂ ਸਾਬਣ ਦੇ ਟੁਕੜੇ ਸੁੱਟ ਕੇ ਉਹਨਾਂ ਦਾ ਵਧੀਆ ਯੂਜ਼ ਕਰ ਸਕਦੇ ਆ ਇਹ ਸੀਗਾ ਸਾਡਾ ਨੰਬਰ ਟਿਪ ਤੇ ਨੰਬਰ ਸੈਕੰਡ ਹੈ ਸਾਡਾ ਆ ਵਾਲਾ ਬੱਚਿਆਂ ਦਾ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ ਬਾਕਸੇਜ਼ ਉਹਨਾਂ ਦੇ ਸ਼ੂਜ਼ ਵਗੈਰਾ ਆਉਂਦੇ ਨੇ ਜਾਂ ਫਿਰ ਹੋਰ ਕੋਈ ਵੀ ਸਮਾਨ ਜਦੋਂ ਕੋਈ ਇਸ ਤਰ੍ਹਾਂ ਬਾਕਸੇਜ਼ ਵਿੱਚ ਆਉਂਦਾ ਹੈ ਤਾਂ ਅਸੀਂ ਇਸ ਦਾ ਵੀ ਵਧੀਆ ਯੂਜ਼ ਕਰਾਂਗੇ ਦੇਖੋ ਇਸ ਤਰ੍ਹਾਂ ਦੇ ਬਾਕਸੇਜ਼ ਨਾ ਤੁਸੀਂ ਸੁੱਟਿਆ ਨਾ ਕਰੋ ਤੇ ਆ ਇਸ ਤਰ੍ਹਾਂ ਕੋਈ ਵੀ ਖਾਲੀ ਬਾਕਸ ਹੈ ਅਸੀਂ ਉਸ ਨੂੰ ਫਿਰ ਵਿੱਚ ਟੇਪਿੰਗ ਲਗਾ ਲਾਂਗੇ ਥੋੜੀ ਮਜ਼ਬੂਤੀ ਵਾਸਤੇ ਤੇ ਉਹਦੇ ਵਿੱਚ ਅਸੀਂ ਫਿਰ ਨਾ ਇਹ ਸਾਡੇ ਕੱਚ ਦੀਆਂ ਕੋਲੀਆਂ ਹੋਈਆਂ ਕੱਚ ਦੇ ਗਲਾਸ ਹੋਏ ਜਿਹੜੇ ਮਤਲਬ ਸੌਫਟ ਚੀਜ਼ਾਂ ਹੋਈਆਂ ਤੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਹਾਂ ਕਿਉਂਕਿ ਇਹ ਵਾਲੀਆਂ ਚੀਜ਼ਾਂ ਸਾਡੇ ਕਦੀ ਕਦੀ ਯੂਜ਼ ਆਉਂਦੀਆਂ ਨੇ ਜਦੋਂ ਕੋਈ ਸਾਡੇ ਘਰ ਮਹਿਮਾਨ ਆਉਂਦੇ ਨੇ ਤਾਂ ਅਸੀਂ ਇਹਨਾਂ ਚੀਜ਼ਾਂ ਦਾ ਯੂਜ਼ ਕਰਦੇ ਆ ਤਾਂ ਇਸ ਤਰ੍ਹਾਂ ਅਸੀਂ ਕੋਈ ਵੀ ਡੱਬਾ ਇਸ ਤਰ੍ਹਾਂ ਖਾਲੀ ਬਾਕਸ ਲੈ ਕੇ ਉਸ ਵਿੱਚ ਇਸ ਤਰ੍ਹਾਂ ਆਪਣੇ ਮਤਲਬ ਕੱਚ ਵਾਲੇ ਸਮਾਨ ਨੂੰ ਸਟੋਰ ਕਰਕੇ ਰੱਖ ਸਕਦੇ ਆ ਇਸ ਵਿੱਚ ਅਸੀਂ ਗਲਾਸ ਵੀ ਰੱਖ ਸਕਦੇ ਆ ਤੇ ਕੋਲੀਆਂ ਵਗੈਰਾ ਇਹਦੇ ਵਿੱਚ ਹੋਰ ਆ ਜਾਣਗੀਆਂ ਤਾਂ ਦੇਖੋ ਫਿਰ ਅਸੀਂ ਬਾਕਸ ਨੂੰ ਬੰਦ ਕਰਕੇ ਆਪਣੇ ਰਸੋਈ ਦੇ ਮਤਲਬ ਉਸ ਜਗ੍ਹਾ ਰੱਖ ਦਵਾਂਗੇ ਜਿਹੜਾ ਸਾਈਡ ਤੇ ਪਿਆ ਰਹੇ ਟਿਪ ਨੰਬਰ ਤੀਸਰਾ ਹੈ ਸਾਡਾ ਜਿਹੜੀ ਆ ਬੈੱਡ ਸ਼ੀਟ ਹੁੰਦੀ ਆ ਜਦੋਂ ਅਸੀਂ ਬੈੱਡ ਤੇ ਵਿਛਾਉਂਦੇ ਆ ਨਾ ਤਾਂ ਫਿਰ ਉਹ ਇੱਧਰ ਉੱਧਰ ਖਿੱਲਰ ਜਾਂਦੀ ਹੈ ਬੱਚਿਆਂ ਵਾਲੇ ਘਰ ਹੁੰਦੇ ਨੇ ਤੇ ਫਿਰ ਬੱਚੇ ਇੱਧਰ ਉੱਧਰ ਇਕੱਠੀ ਕਰ ਦਿੰਦੇ ਨੇ ਤਾਂ ਇਸ ਤਰ੍ਹਾਂ ਤੇ ਬੈੱਡ ਸ਼ੀਟ ਤੇ ਨਾ ਚਾਰੇ ਪਾਸੇ ਬੈੱਡ ਸ਼ੀਟ ਦੇ ਚਾਰੇ ਖੁੰਝਿਆਂ ਵਿੱਚ ਅਸੀਂ ਇੱਕ ਇੱਕ ਨੋਟ ਲਗਾ ਲਾਂਗੇ ਇੱਕ ਇੱਕ ਗੱਠ ਬੰਨ ਕੇ ਨਾ ਫਿਰ ਅਸੀਂ ਇਹਨਾਂ ਨੂੰ ਗੱਦਿਆਂ ਦੇ ਥੱਲੇ ਦਬਾਵਾਂਗੇ ਤੇ ਇਹ ਵਾਲਾ ਆਈਡੀਆ ਬਹੁਤ ਵਧੀਆ ਏ ਤੇ ਇਸ ਤਰ੍ਹਾਂ ਅਸੀਂ ਨੋਟ ਲਗਾ ਕੇ ਗੱਦਿਆਂ ਦੇ نیچے ਮਤਲਬ ਦੱਬਾਂਗੇ ਇਹਨੂੰ ਤੇ ਜਿਸ ਨਾਲ ਸਾਡੀ ਬੈੱਡ ਸ਼ੀਟ ਬਿਲਕੁਲ ਵੀ ਨਹੀਂ ਹਿੱਲੇਗੀ ਚਾਹੇ ਜਿੰਨੇ ਮਰਜੀ ਬੱਚੇ ਮਤਲਬ ਉੱਪਰ ਨੱਚਦੇ ਹੋਣ ਟੱਪਦੇ ਹੋਣ ਤਾਂ ਇਹ ਇੱਕ ਬਹੁਤ ਵਧੀਆ ਟਿਪ ਐ ਆਈ ਹੋਪ ਤੁਹਾਨੂੰ ਇਹ ਵਾਲਾ ਟਿਪ ਵਧੀਆ ਲੱਗੇਗਾ ਅਗਰ ਤੁਹਾਨੂੰ ਟਿਪ ਚੰਗਾ ਲੱਗਿਆ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਟਿਪ ਨੰਬਰ 4 ਹੈ ਸਾਡਾ ਇਹ ਜਿਹੜੇ ਸਾਡੇ ਪੈਕੇਟ ਇਸ ਤਰ੍ਹਾਂ ਮਤਲਬ ਸਮਾਨ ਹੁੰਦਾ ਹੈ ਨਾ ਜਿਸ ਤਰ੍ਹਾਂ ਬਚ ਜਾਂਦਾ ਤਾਂ ਫਿਰ ਉਹਨਾਂ ਨੂੰ ਅਸੀਂ ਕਿੱਥੇ ਸਟੋਰ ਕਰਕੇ ਰੱਖ ਸਕਦੇ ਹਾਂ ਇਹ ਹੀ ਅਸੀਂ ਇਸ ਟਿਪ ਵਿੱਚ ਮੈਂ ਤੁਹਾਨੂੰ ਦੱਸਾਂਗੀ ਇਸ ਤਰ੍ਹਾਂ ਦੇਖੋ ਅਸੀਂ ਹੇਅਰ ਪਿੰਸ ਹੁੰਦੀਆਂ ਨੇ ਨਾ ਸਾਡੇ ਕੋਲ ਤਾਂ ਅਸੀਂ ਉਸ ਨੂੰ ਲਗਾ ਲਾਗੇ ਤਾਂ ਇਹ ਦੇਖੋ ਕਿੰਨਾ ਵਧੀਆ ਯੂਜ਼ ਹੋ ਜਾ ਗਿਆ ਬਿਲਕੁਲ 에ਅਰ ਟਾਈਟ